ਅੱਜ ਸਵੇਰ ਮੈਂ ਜਿੱਦਾਂ ਹੀ ਉੱਠਿਆ ਮੈਂ ਵਾਸ਼ਰੂਮ ਦਾ ਦਰਵਾਜ਼ਾ ਖੋਲਿਆ, ਨਹਾ ਧੋ ਕੇ ਤਿਆਰ ਹੁੰਦੇ ਮੈਂ ਬਾਹਰ ਗਿਆ ਅਤੇ ਮਿੱਠੀ ਮਿੱਠੀ ਚਿੜੀ ਦੀ ਆਵਾਜ਼ ਸੁਣਨ ਨੂੰ ਮਿਲੀ। ਅਤੇ ਦੂਜੇ ਪਾਸੇ ਕੋਇਲ ਬਨੇਰੇ 'ਤੇ ਬੋਲ ਰਹੀ ਸੀ। ਮੈਂ ਵਿਆਹ ਜਾਣ ਲਈ ਆਪਣੀ ਕਾਰ ਸਟਾਰਟ ਕੀਤੀ। ਪਰ ਉਹ ਸਟਾਰਟ ਹੀ ਨਹੀਂ ਹੋਈ। ਫਿਰ ਮੈਂ ਆਪਣੇ ਬੁਲਟ ਨੂੰ ਕਿੱਕ ਮਾਰੀ। ਫਿਰ ਰੋਡ 'ਤੇ ਗਿਆ ਤਾਂ ਮੈਂ ਫੁੱਲ ਸਪੀਡ ਨਾਲ ਭਜਾਇਆ। ਪਿੱਛੋਂ ਇੱਕ ਤੇਜ਼ੀ ਨਾਲ ਬੱਸ ਆਈ। ਅੱਗੇ ਪੁਲ 'ਤੇ ਜਾ ਕੇ ਮੇਰੇ ਮੋਟਰਸਾਈਕਲ ਥੱਲੇ ਕੁੱਤਾ ਗਿਆ। ਮੈਂ ਤੇਜ਼ੀ ਨਾਲ ਉੱਠਿਆ ਅਤੇ ਮੈਂ ਪਾਣੀ 'ਚ ਡਿੱਗ ਗਿਆ ਅਤੇ ਪਿੱਛੇ ਬਤਕਾਂ ਬੋਲ ਰਹੇ ਸੀ। ਅਤੇ ਦੂਜੇ ਪਾਸੇ ਮੁਰਗੀਆਂ ਬੋਲ ਰਹੀਆਂ ਸੀ। ਜਦੋਂ ਮੈਂ ਬਾਹਰ ਆਇਆ ਅਤੇ ਬਾਹਰ ਬੱਕਰੀ ਬੋਲ ਸੀ। ਥੋੜ੍ਹੀ ਦੇਰ ਬਾਅਦ ਮੈਂ ਪੈਲਸ ਪੁੱਜਿਆ ਅਤੇ ਮੈਂ ਕੀ ਦੇਖਿਆ ਕਿ ਇੱਕ ਹੈਲੀਕਾਪਟਰ ਫੁੱਲਾਂ ਦੀ ਬਰਸਾਤ ਕਰ ਰਿਹਾ ਸੀ। ਪੈਲਸ ਦੇ ਕੋਲ ਇੱਕ ਰੇਲ ਦੀ ਪਟੜੀ ਸੀ ਜਿੱਥੋਂ ਟ੍ਰੇਨ ਇਸ ਤਰ੍ਹਾਂ ਗੁਜਰੀ। ਮੈਂ ਅੰਦਰ ਗਿਆ ਅਤੇ ਇੱਕ ਬਹੁਤ ਵਧੀਆ ਬੈਂਡ ਵੱਜ ਰਿਹਾ ਸੀ। ਅੰਦਰ ਜਾ ਕੇ ਮੈਂ ਕੀ ਦੇਖਿਆ ਕਿ ਸਾਲੀਆਂ ਦੀ ਨਾਕੇ ਦੀ ਰਸਮ ਚੱਲ ਰਹੀ ਸੀ। ਫਿਰ ਸੁਨੀਲ ਸ਼ੈਟੀ ਜੀ ਕਹਿੰਦੇ, ਆ ਤੁਮ ਮੇਰੇ ਫੰਕਸ਼ਨ ਪਰ 11,000 ਕੇ ਨਾਮ ਸ਼ਗਨ ਲੋ ਯਾ ਹੋ ਨਹੀਂ ਸਕਤਾ ਔਰ ਹਮ ਤੁਮੇ 4,000 ਸੇ ਜ਼ਿਆਦਾ ਦੇ ਮੈਂ ਆਉਣੇ ਨਹੀਂ ਦੂੰਗਾ। ਆ ਇਹ ਦੇਖ ਕੇ ਸਨੀ ਦੋਲ ਨੂੰ ਗੁੱਸਾ ਆ ਗਿਆ ਤਾਂ ਗੁੱਸੇ ਵੀ ਕਹਿੰਦਾ, ਓਏ ਕਾਸ਼ੀ। ਥੋੜ੍ਹੀ ਦੇਰ ਬਾਅਦ ਅਮਨੀਸ਼ ਪੁਰੀ ਨੇ ਬੋਲੀ ਪਾਈ, ਮਜਮਰੀ ਕੇ ਕੱਟਾ ਹੁਆ, ਮਜਮਰੀ ਕੇ ਕੱਟਾ ਹੁਆ, ਬਗੈਂਬੋ ਖੁਸ਼ ਹੁਆ। ਇਹ ਸਭ ਦੇਖ ਕੇ ਫਰਹਾਨ ਅਖਤਰ ਕਹਿੰਦਾ, ਕੋਈ ਮੇਰੀ ਵੀ ਬਾਤ ਸੁਣੋ। ਮੈਂ ਜਮੇ ਸਭ ਕਾ ਬੈਠਾ ਹੂੰ, ਅਭੀ ਅਭੀ ਮੇਰੀ ਮੂਵੀ ਆਈ ਆ ਪਗ ਮਿਲਕਾ ਮਾਕ, ਉਸ ਮੇਂ ਮੈਂ ਭਗਤ ਰਹਿਤਾ ਹੂੰ, ਭਗਤ ਰਹਿਤਾ ਹੂੰ, ਭਗਤ ਰਹਿਤਾ ਹੂੰ। ਇਹ ਸਾਰੀਆਂ ਗੱਲਾਂ ਦੇਖ ਕੇ ਸ਼ਕਤੀ ਕਪੂਰ ਕਹਿੰਦਾ, ਆਓ ਤੁਨਾ ਤੁਨਾ ਆਓ, ਕੋਈ ਮੇਰੀ ਵੀ ਸ਼ਾਦੀ ਕਰਵਾਓ, ਆਓ ਟਚਕਾਓ। ਥੋੜ੍ਹੀ ਦੇਰ ਬਾਅਦ ਸਿੱਧੂ ਸਾਹਿਬ ਨੂੰ ਘਰੋਂ ਫੋਨ ਆਇਆ। ਹੈਲੋ, ਬਠੋਕੋ, ਖਟੈਕ। ਟੈਲੈਂਟ ਕਾ ਮਹਾਸੰਗਰਾਮ, ਜੇਕਰ ਤੁਸੀਂ ਟੈਲੈਂਟ ਕਾ ਮਹਾਸੰਗਰਾਮ ਵਿੱਚ ਭਾਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਆਨਲਾਈਨ ਰਜਿਸਟਰ ਕਰ ਸਕਦੇ ਹੋ। ਸਾਡੀ ਵੈਬਸਾਈਟ ਹੈ www ਕਿਸਮੇ ਕਿਤਨਾ ਹੈ .com ਔਰ ਤੁਸੀਂ ਸਾਨੂੰ ਫੇਸਬੁੱਕ 'ਤੇ ਵੀ ਲੌਗਇਨ ਕਰ ਸਕਦੇ ਹੋ ਕਿਸਮੇ ਕਿਤਨਾ ਹੈ .com ਅਤੇ ਤੁਸੀਂ ਸਾਨੂੰ ਯੂਟਿਊਬ 'ਤੇ ਵੀ ਦੇਖ ਸਕਦੇ ਹੋ ਕਿਸਮੇ ਕਿਤਨਾ ਹੈ .com। ਮੋਬਾਈਲ 9041429249 9041 733 733।